ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਉਹਨੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਮਾਵਾਂ ਠੰਡੀਆਂ ਛਾਵਾਂ ਅਕਸਰ ਇੱਕ ਗੱਲ ਜਿਹੜੀ ਹੈ ਹਰ ਕਿਸੇ ਦੇ ਮਨ ਨੂੰ ਪਾ ਜਾਂਦੀ ਹੈ ਪਰ ਕੋਰੋਨਾ ਵਾਇਰਸ ਦੇ ਚੱਲਦੇ ਆ ਨਾ ਸਿਰਫ ਪੂਰੀ ਦੁਨੀਆ ਨੂੰ ਬਲਕਿ ਮਾਵਾਂ ਨੂੰ ਵੀ ਇੱਕ ਨਵਾਂ ਇਫੈਕਟ ਪਿਆ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੱਚੇ ਤੋਂ ਡਿਸਟੈਂਸ ਮੇਨਟੇਨ ਕਰਨਾ ਪੈਂਦਾ ਹੈ ਕਿਉਂਕਿ ਅਸੀਂ ਕਿਸੇ ਐਸੀ ਚੀਜ਼ ਦੇ ਸੰਪਰਕ 'ਚ ਨਾ ਆਏ ਹੋਵੇ ਜੋ ਕਿ ਇਫੈਕਟਿਡ ਹੋਵੇ ਜਾਂ ਇਨਫੈਕਟਿਡ ਹੋਵੇ ਕਰੋਨਾ ਵਾਇਰਸ ਨਾਲ ਜਿਸ ਦੀ ਜਾਣਕਾਰੀ ਸਾਡੇ ਨਾਲ ਇਸ ਵੇਲੇ ਸਾਂਝੀ ਕਰਨਗੇ ਜਲੰਧਰ ਦੇ ਸ਼ੰਗਾਰਾ ਸਿੰਘ ਹਸਪੀਟਲ ਤੋਂ ਡਾਕਟਰ ਗੁਰਪ੍ਰੀਤ ਕੌਰ ਜੀ ਮੈਮ ਕੀ ਡਿਫਰੈਂਸਸ ਆਏ ਨੇ ਇਸ ਕੋਵਿਡ-19 ਨੇ ਆਉਣ ਤੋਂ ਬਾਅਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਗੁਰਪ੍ਰੀਤ ਡਾਕਟਰ ਸ਼ੰਗਾਰਾ ਸਿੰਘ ਹਸਪੀਟਲ ਤੋਂ ਦੇਖੋ ਜਿਹੜਾ ਪੈਂਡੈਮਿਕ ਹੈ ਨੇ ਤਾਂ ਸਾਰੀ ਦੁਨੀਆ 'ਚ ਹੀ ਤਹਿਲਕਾ ਮਚਾਤਾ ਸੋ ਕੱਲਾ ਜਲੰਧਰ ਕੀ ਪੰਜਾਬ ਕੀ ਸਾਰਾ ਹੀ ਸੰਸਾਰ ਇਹਦੇ ਨਾਲ ਅਫੈਕਟਡ ਹੈਗਾ ਸੋ ਚੇਂਜਸ ਤੋਂ ਦੇਖੋ ਤੁਹਾਡੀ ਲਿਵਿੰਗ ਤੇ ਤਾਂ ਆਈ ਥਿੰਕ ਇਟਸ ਜਸਟ ਟੂ ਆਪੋਜ਼ਿਟ ਜਿਦੋਂ ਤੁਸੀਂ ਪਹਿਲਾਂ ਰਹਿੰਦੇ ਸੀ ਤੁਹਾਡਾ ਸਾਰਾ ਬੰਦ ਹੋ ਗਿਆ ਇੱਕ ਬਸ ਇੱਕ ਫਾਇਦਾ ਹੋਇਆ ਕਿ ਚਲੋ ਤੁਸੀਂ ਘਰ ਉਹ ਯੂ ਕੈਨ ਮੋਨਿਟਰ ਯਾ ਫੈਮਲੀ ਨਾਲ ਇਦਾਂ ਵੀ ਟਾਈਮ ਸਪੈਂਡ ਕਰ ਸਕਦੇ ਹੋ ਬਟ ਵਿਦ ਡਿਸਟੈਂਸਿੰਗ ਕਿ ਇੰਨੀ ਕੇਅਰਿੰਗ ਨਹੀਂ ਬੱਚੇ ਨੂੰ ਥੋੜਾ ਡਿਸਟੈਂਸ ਮੇਨਟੇਨ ਕਰਨਾ ਹੀ ਪੈਂਦਾ ਆਪਣੀ ਫੈਮਲੀ ਤੋਂ ਬਾਕੀ ਜਿੱਦਾਂ ਹੁਣ ਆਪਣੇ ਵਰਕ ਜਿੱਦਾਂ ਪ੍ਰੈਕਟਿਸ ਦੀ ਲਈਏ ਪ੍ਰਾਈਵੇਟ ਪ੍ਰੈਕਟਿਸ ਦੀ ਬੜਾ ਅਫੈਕਟ ਹੋਇਆ ਕਿਉਂਕਿ ਪੇਸ਼IENTS ਜਿੱਦਾਂ ਕਰਫਿਊ ਲਾਕਡਾਊਨ ਰਹਿ ਪੇਸ਼IENTS ਵੀ ਨਹੀਂ ਆ ਰਹੇ ਬਟ ਦੇਖੋ ਜਿਹੜਾ ਐਜ਼ ਅ ਗਾਇਨੋਕਾਲੋਜਿਸ ਜਿੱਦਾਂ ਹੁਣ ਡਿਲੀਵਰੀਜ਼ ਵੀ ਹੋਣੀਆਂ ਐ ਐਮਰਜੈਂਸੀਜ਼ ਵੀ ਹੋਣੀਆਂ ਐ ਤੋ ਉਹ ਅਸੀਂ ਬਿਨਾ ਕੋਈ ਫਾਈਨਾਂਸੇ ਸੋਚਦੇ ਵਟਸਐਪ ਤੇ ਜਾਂ ਆਪਣੇ ਫੋਨ ਤੇ ਬਿਲਕੁਲ ਆਪਣੇ ਜਿਹੜੇ ਪੇਸ਼ੈਂਟ ਸੀ ਉਹਨਾਂ ਦੀ ਕੇਅਰ ਕਰਦੇ ਰਹੇ ਤਾਂਕਿ ਇਹ ਲਾਕਡਾਊਨ ਤੇ ਉਹਨਾਂ ਦੀ ਹੈਲਥ ਨੂੰ ਨਾ ਅਫੈਕਟ ਹੋਵੇ ਬਿਨਾ ਹੁਣ ਜਿੱਦਾਂ ਸਾਨੂੰ ਵੀ ਚਾਂਸ ਹੁੰਦਾ ਹੈ ਕਿ ਵੀ ਅਸੀਂ ਵੀ ਕਰੋਨਾ ਨਾਲ ਅਫੈਕਟਡ ਹੋ ਜਾਈਏ ਇਹ ਸਿੰਪਟੋਮੈਟਿਕ ਕੈਰੀਅਰਸ ਹੁੰਦੇ ਆ ਜ਼ਰੂਰੀ ਨਹੀਂ ਕਿ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਤਾਂ ਅਸੀਂ ਡਿਟੈਕਟ ਕੋਈ ਇਹ ਸਿੰਪਟੋਮੈਟਿਕ ਉਹਨੂੰ ਹੈ ਪਰ ਉਹਨੂੰ ਵੀ ਨਹੀਂ ਪਤਾ ਸਾਨੂੰ ਵੀ ਨਹੀਂ ਪਤਾ ਤੋ ਇਹਦੇ ਤੋਂ ਜ਼ਿਆਦਾ ਤੁਹਾਨੂੰ ਡਰ ਲੱਗਦਾ ਪਰ ਤਾਂ ਵੀ ਸਾਨੂੰ ਐਜ਼ ਫਰੰਟਲਾਈਨ ਵਾਰੀਅਰ ਸਾਨੂੰ ਇਹ ਪੇਸ਼IENTS ਨਾਲ ਹੈਲਪ ਆਊਟ ਕਰਨਾ ਹੀ ਪੈਂਦਾ ਜਿੱਦਾਂ ਅੱਜ ਇੰਟਰਨੈਸ਼ਨਲ ਨਰਸਿੰਗ ਡੇ ਹੈਗਾ ਹੁ ਨਰਸਸ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਇਹ ਪੈਂਡੈਮਿਕ ਨੂੰ ਫਾਈਟ ਕਰਨ ਲਈ ਹਰ ਸਿਵਲ ਹਸਪੀਟਲ ਲੱਲੋ ਪ੍ਰਾਈਵੇਟ ਨਰਸਿੰਗ ਹੋਮ ਲੱਲੋ ਉਹਨਾਂ ਨੇ ਇੰਨੀ ਕੱਚੀ ਕੇਅਰ ਕੀਤੀ ਹੈ ਪੇਸ਼IENTS ਦੀ ਹੁਣ ਦੇਖੋ ਕਈ ਮੈਰਿਡ ਜਿਹੜੇ ਹੈਗੇ ਆ ਜਾਂ ਉਹਨਾਂ ਨੇ ਆਪਣੇ ਬੱਚੇ ਉਹਨੋਂ ਕਰ ਜਾਣਗੇ ਉਹਨਾਂ ਨੂੰ ਨਾ ਇਨਫੈਕਸ਼ਨ ਉਹ ਅਗਲੇ ਬੱਚੇ ਕਿੰਨੀ ਕਿੰਨੇ ਦਿਨ ਤੱਕ ਆਪਣੇ ਸਿਸਟਰਸ ਕੋਲ ਛੱਡੇ ਆਪਣੇ ਮਦਰਸ ਕੋਲ ਛੱਡੇ ਹੈ ਇਨ-ਲॉज ਕੋਲ ਜਿੱਥੇ ਵੀ ਤਾਂ ਕਿ ਔਰ ਉਹ ਇਦਾਂ ਦੂਰ ਰਹਿਣਾ ਕੰਸਿਸਟੈਂਟਲੀ ਬੜਾ ਔਖਾ ਹੁੰਦਾ ਹੈ ਪਰ ਉਹਨਾਂ ਦਾ ਵੀ ਇੰਨਾ ਕ੍ਰੈਡਿਟ ਹੈ ਇੱਕ ਮੈਡੀਕਲ ਸਰਵਿਸ ਲਈ ਐਂਡ ਉਹਨਾਂ ਲਈ ਵੀ 3 تشयर्स टू आवर ਨਰਸਸ ਹੂ ਹੈਵ ਫੌਟ ਇਟ ਲਾਈਕ ਅ ਵਾਰੀਅਰ ਐਂਡ ਹਾਂਜੀ ਤੇ ਮੈਮ ਇੱਕ ਸੁਣਨ ਜਿਹੜੀ ਗੱਲਾਂ ਸਾਨੂੰ ਮਿਲੀ ਸੀਗੀ ਕਿ ਕਾਫੀ ਇੱਥੇ ਜਿਹੜੀ ਹੈਲਪ ਕੀਤੀ ਜਾ ਰਹੀ ਹੈ ਨੀਡੀ ਪਰਸਨਸ ਦੀ ਪੁਰਾਣੇ ਜਿਹੜੇ ਪੇਸ਼IENTS ਆਉਂਦੇ ਆ ਜਿਹੜੇ ਤੁਹਾਡੇ ਨਾਲ OPD ਚ ਪਹਿਲਾਂ ਸੀਗੇ ਤੇ ਉਹਨਾਂ ਨੂੰ ਹੁਣ ਇਸ ਲਾਕਡਾਊਨ ਕਾਰਨ ਕਾਫੀ ਫਾਈਨਾਂਸਿਸ ਦੀ ਦਿੱਕਤ ਆ ਰਹੀ ਹੈ ਉਸ ਬਾਰੇ ਕੀ ਕੀ ਕੀਤਾ ਜਾ ਰਿਹਾ ਤੁਹਾਡੇ ਹਸਪੀਟਲ ਵੱਲੋਂ ਦੇਖੋ ਫਾਈਨਾਂਸਿਸ ਹੁਣ ਐਜ਼ ਅ ਗਾਇਨਕੋਲੋਜਿਸ ਡਿਲੀਵਰੀਜ਼ ਤਾਂ ਹੋਣੀਆਂ ਨਹੀਂ ਹੈ ਮਤਲਬ ਕਿ ਹੋਣੀਆਂ ਜਿੱਦਾਂ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਅਸੀਂ ਨਹੀਂ ਕਹਿ ਸਕਦੇ ਕਿ ਇਸ ਟਾਈਮ ਹੋਣ ਜਿਹੜਾ ਟਾਈਮ ਮਿੱਥੇ ਉਹਨਾਂ ਨੇ ਆਣਾ ਹੀ ਆਣਾ 9 ਮੰਥਸ ਬਾਅਦ ਡਿਲੀਵਰੀ ਹੋਣੀ ਹੋਣੀ ਹੈ ਜਿੱਦਾਂ ਤੋ ਕਈ ਵੀ ਇਸ ਦੌਰਾਨ ਜਿੱਦਾਂ ਹੁਣ ਕਈ ਬਹੁਤ ਫਾਈਨੈਂਸਿਸ ਜਿਨ੍ਹਾਂ ਕੋਲ ਪੂਰ ਫਾਈਨੈਂਸਸ ਹੈ ਜਾਂ ਸੈਲਰੀਜ਼ ਨਹੀਂ ਮਿਲ ਰਹੀਆਂ ਇਹ ਲਾਕਡਾਊਨ ਕਾਰਨ ਕਮ ਨਹੀਂ ਹੈ ਹੁਣ ਉਹਨਾਂ ਦੇ ਡਿਲੀਵਰੀਜ਼ ਲਈ ਅਸੀਂ ਵੀ ਹੈਵ ਹੈਲਪਡ them ਵੀ ਹੈਵ ਕੱਟਡ them ਕੋਈ ਐਮਰਜੈਂਸੀ ਚਾਰजेस ਅਸੀਂ ਕਿਸੇ ਦੇ ਨਹੀਂ ਲਾਇਏ ਕਿ ਓਵਰ ਰਾਤੀ ਆ ਰਿਹਾ ਹੈ ਜਾਂ ਜਿੱਦਾਂ ਵੀ ਆ ਰਿਹਾ ਹੈ ਵੀ ਹੈਵ ਗਿਵਨ them ਨੋਮੀਨਲ ਚਾਰजेस ਜੇ ਨਹੀਂ ਵੀ ਉਹਨਾਂ ਕੋਲ ਪੈਸੇ ਤਾਂ ਵੀ ਅਸੀਂ ਕੱਟ ਹੀ ਲਿੱਤੇ ਹੈ ਜਾਂ ਨਹੀਂ ਵੀ ਲਿੱਤੇ ਕਿ ਤੁਸੀਂ ਚਲੋ ਬਾਅਦ ਵਿੱਚ ਦੇ ਜਾਈਓ ਕਿਉਂਕਿ ਇਸ ਐਜ਼ ਅ ਹਿਊਮਨ ਬੀਇੰਗ ਇੱਕ ਬੰਦਾ ਕਿ ਅਗਲਿਆਂ ਦੇ ਔਖੇ ਵੇਲੇ ਤੁਸੀਂ ਕਮ ਆਓ ਨਾਲੇ ਜਿੱਦਾਂ ਹੁਣ ਐਮਰਜੈਂਸੀ ਆ ਔਰ ਅੱਤੇ ਹੁਣ ਡਾਕਟਰ ਸਾਹਿਬ ਨੇ ਵੀ ਉਹ ਆਏ ਜਿੰਨਾ ਕਟ ਲੈ ਕੇ ਆਇਓ ਕਹਿੰਦਾ ਪੈਸੇ ਨਹੀਂ ਉਦਾਂ ਹੀ ਲਾਏ ਮਾਰਨਿੰਗ ਫਿਰ ਜਿੰਨੇ ਥੋੜੇ ਬਹੁਤ ਅਸੀਂ ਉਹ ਦੇ ਗਏ ਹੁਣ ਇਹ ਨਹੀਂ ਕਿ ਤੁਸੀਂ ਉਸੇ ਵੱਲ ਜਾਓ ਜਾਂ ਇੱਦਾਂ ਜਾਓ ਸੋ ਯੂ ਹੈਵ ਟੂ ਬੀ देयर ਫॉर ਪੇਸ਼IENTS ਜਾਂ ਨੀਡੀਅਰ ਔਰ ਫਾਈਨੈਂਸਸ ਲੈਵਲ ਤੇ ਅਸੀਂ ਕਾਫੀ ਇਹਨਾਂ ਦਾ ਹੈਲਪ ਆਊਟ ਕੀਤਾ ਨਾਥਿੰਗ ਐਮਰਜੈਂਸੀ ਐਂਡ ਮੋਰਓਵਰ ਜਿੰਨਾ ਬਿਲ ਬੰਦਾ ਜਿੰਨੇ ਹੈ ਉਹ ਦੇ ਜਾਣ ਨਹੀਂ ਤਾਂ ਬੈਲੈਂਸ ਰੱਖ ਦੇਣ ਇਹਨਾਂ ਤੋਂ ਕਰਨਾ ਹੀ ਪੈਂਦਾ ਐਸ ਡਾਕਟਰ ਜੋ ਵੀ ਮਮ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੀਜ਼ ਧਿਆਨ ਰੱਖਣ ਵਾਲੀ ਹੋਏਗੀ ਕਿ ਗਵਰਨਮੈਂਟ ਵੱਲੋਂ ਹੁਣ ਇੱਕ ਸਰਵੇ ਪਾਸ ਆਊਟ ਹੋਇਆ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੋਪੂਲੇਸ਼ਨ ਬਹੁਤ ਇਨਕਰੀਜ਼ ਹੋਏਗੀ ਕਿ ਐਕਚੁਅਲ ਦੇ ਵਿੱਚ ਐਸਾ ਹੈਗਾ ਜਾਂ ਪ੍ਰੀਕਾਸ਼ਨਸ ਆਰ ਓਵਰ देयर ਨਹੀਂ ਪੋਪੂਲੇਸ਼ਨ ਦੇਖੋ ਹੁਣ ਜਿਹੜੀ ਆਮ ਐਜੂਕੇਟਿਡ ਫੈਮਿਲੀ ਹੈ ਉਹਨਾਂ ਨੂੰ ਤਾਂ ਪਤਾ ਹੈ ਕਿ ਕਿੰਨੇ ਕੁ ਉਹਨਾਂ ਦੇ ਫਾਈਨੈਂਸਸ ਆ ਕਿੰਨੇ ਬੱਚੇ ਕਰਨੇ ਆ ਜਾਂ ਜਿੱਦਾਂ ਵੀ ਹੈ ਹੁਣ ਕਿੰਨੇ ਕੁ ਜਿਹੜੀ ਮੇਰੇ ਕੋਲ ਪ੍ਰੈਜ਼ੈਂਟਲੀ ਆਈਆਂ ਹੈ ਹੁਣ ਉਹ ਕਈ ਹੁੰਦੇ ਤਾਂ ਪ੍ਰੈਗਨancies ਠਹਿਰ ਗਈਆਂ ਲਾਕਡਾਊਨ ਕਨ ਬਟ ਦੇ ਹੈਵ ਕਮ ਫॉर ਐਮਟੀਪੀ ਸਕੇ ਨਹੀਂ ਚਾਹੀਦਾ ਸਾਨੂੰ ਬੇਬੀ ਹੁਣ ਹਰੇਕ ਨੂੰ ਮੈਂ ਵੀ ਕਿਹਾ ਤੂੰ ਵੀ ਦੋ ਬੱਚੇ ਕਰ ਲੋ ਕਿ ਤੇ ਹਜੇ ਡਿਲੀਵਰੀ ਹਜੇ ਨਹੀਂ ਮੈਨੂੰ ਚਾਹੀਦਾ ਸੋ ਪੋਪੂਲੇਸ਼ਨ ਤਾ ਆਈ ਡੋਨਟ ਥਿੰਕ ਕਿ ਇਦਾਂ ਵਧੇਗੀ ਕਿ ਅਨਨੋਇੰਗਲੀ ਪਰ एवरीवन ਹੈਜ਼ ਅ ਫੈਮਿਲੀ ਪਲੈਨਿੰਗ ਦੋ ਇੱਕ ਦੋ ਅੱਜਕੱਲ੍ਹ ਤਾਂ ਸੈਕੰਡ ਬੇਬੀ ਲਈ ਵੀ ਸਾਨੂੰ ਪ੍ਰੈਸ਼ਰਾਈਜ਼ ਕਰਨਾ ਕਿ ਦੋ ਬੱਚੇ ਜ਼ਰੂਰੀ ਹੈ ਐਂਡ ਆਈ ਡੋਨਟ ਥਿੰਕ ਕਿ ਇਦਾਂ ਵੱਧ ਜਾਏਗੀ ਇਟ ਇਜ਼ ਕਿ एवरीवन ਦੋ ਤੋਂ ਅੱਗੇ ਪਾਲ ਲੈਣ ਤਾਂ ਵੈਸੇ ਹੀ ਔਖਾ ਹੈ ਉੱਤੋਂ ਤਾਂ ਸੈਲਰੀ ਨਹੀਂ ਹੈ ਤੁਸੀਂ ਕਿੱਥੋਂ ਪਾਲ ਲੋਗੇ ਹੋਰ ਫਾਰਮ ਸੋ ਪੋਪੂਲੇਸ਼ਨ ਇਦਾਂ ਨਹੀਂ ਅੰਟਿਲ ਅਸ ਯੂ ਡੋਨਟ ਕੇਅਰ ਕਿ ਤੁਹਾਡੇ ਜਿੰਨੇ ਮਰਜ਼ੀ ਬੱਚੇ ਆਈ ਥਿੰਕ एवरीवन ਕੇਅਰਸ ਫॉर ਫੈਮਿਲੀ ਪਲੈਨਿੰਗ ਸੋ ਨਾਲੇ ਸਾਨੂੰ ਐਜ਼ ਅ ਸਰਕਾਰ ਵੱਲੋਂ ਵੀ ਹੈ ਕਿ ਜੇ ਕੋਈ ਐਮਟੀਪੀ ਜਾਂ ਅਬੋਰਸ਼ਨ ਲਈ ਆਏ ਉਹ ਇੱਕ ਟਾਈਪ ਦੀ ਐਮਰਜੈਂਸੀ ਸਰਵਿਸਿਜ਼ ਆ ਉਹਨਾਂ ਨੂੰ ਦੇਣੀਆਂ ਹੀ ਆ ਪ੍ਰੀਪ੍ਰੋਡਕਸ਼ਨ ਪਲੈਨਿੰਗ ਇਹ ਸਾਰਾ ਤੁਸੀਂ ਯੂ ਹੈਵ ਟੂ ਬੀ देयर ਜੇ ਅਗਲੇ ਹਾਂ ਇਹ ਕਿ ਤੁਸੀਂ ਡੀਐਨਸੀਸ ਨਾ ਕਰੋ ਕਿਟਸ ਦੇ ਦੋ ਹੁਣ ਕਿਟਸ ਦਾ ਵੀ ਹੈ ਕਿ ਤੁਸੀਂ ਬੜੇ ਧਿਆਨ ਨਾਲ ਦੇਣਾ ਹੁੰਦਾ ਸਕੈਨਿੰਗ ਕਰਕੇ ਐਂਡ ఎవਰੀਥਿੰਗ ਤੋਂ ਤੁਸੀਂ ਕੇਅਰਫੁਲੀ ਤੁਸੀਂ ਉਹਨਾਂ ਤੋਂ ਸ਼ਿਰਕ ਨਹੀਂ ਕਰ ਸਕਦੇਗੇ ਚਲੋ ਆ ਇਹਨਾਂ ਨੂੰ ਐਮਟੀਪੀ ਅਬੋਰਸ਼ਨ ਨਹੀਂ ਕਰਨੇ ਯੂ ਹੈਵ ਟੂ ਬੀ देयर ਫॉर देम ਤੇ ਮੈਮ ਇੱਕ ਚੀਜ਼ ਖਾਸ ਸੁਣਨ ਨੂੰ ਇਹ ਮਿਲੀ ਹੈ ਮੈਨੂੰ ਕਿ ਸ਼ੰਗਾਰਾ ਸਿੰਘ ਹਸਪੀਟਲ ਦੇ ਵਿੱਚ ਸਪੈਸ਼ਲੀ ਨੀਡੀ ਲੋਕਾਂ ਦੀ ਕਾਫੀ ਹੈਲਪ ਕੀਤੀ ਜਾ ਰਹੀ ਹੈ ਉਹਨਾਂ ਦੀ ਆਪੀਡੀ ਕਈ ਲੋਕਾਂ ਦੀ ਫ੍ਰੀ ਵੀ ਕੀਤੀ ਜਾ ਰਹੀ ਹੈ ਕਈਆਂ ਨੂੰ ਡਿਸਕਾਊਂਟਸ ਵੀ ਦਿੱਤੇ ਜਾ ਰਹੇ ਨੇ ਮਤਲਬ ਮਦਦ ਕਿਸ ਤਰੀਕੇ ਦੇ ਨਾਲ ਵਾਕਈ ਕੀਤੀ ਜਾ ਰਹੀ ਹੈ ਹਾਂਜੀ ਦੇਖੋ ਜਦੋਂ ਵੈਨ ਯੂ ਬਿਕਮ ਅ ਡਾਕਟਰ ਤੁਹਾਨੂੰ ਇਹ ਸਮਝਾਇਆ ਜਾਂਦਾ ਇੱਕ ਓਥ ਵੀ ਲੈਂਦੇ ਹੋ ਹਿਪੋਕ੍ਰੈਟਿਕ ਓਥ ਕਿ ਤੁਹਾਡਾ ਜਿਹੜਾ ਵੀ ਪੇਸ਼ੈਂਟ ਆਏ ਉਹਦੀ ਤੁਸੀਂ ਸੈਲਫਲੈਸ ਡੈਡੀਕੇਸ਼ਨ ਨਾਲ ਉਹਦੀ ਮਦਦ ਕਰਨੀ ਕਰਨੀ ਹੈ ਚਲੋ ਹੁਣ ਪ੍ਰਾਈਵੇਟ ਸੈਕਟਰ ਜਿਹੜਾ ਨਾ ਬੜਾ ਅਫੈਕਟਡ ਹੋਇਆ ਇਨ ਵੇ ਕਿ ਕੰਮ ਵੀ ਕਾਫੀ ਘਟ ਗਿਆ অলਮੋਸਟ 20% 30% ਇੰਨਾ ਘਟ ਗਿਆ ਪਰ ਸਾਡਾ ਸਟਾਫ ਉਨੀ ਡੈਡੀਕੇਸ਼ਨ ਨਾਲ ਪੇਸ਼ੈਂਟਸ ਦੀ ਕਰਦਾ ਰਿਹਾ ਮਦਦ ਤੇ ਹੁਣ ਕੰਮ ਘਟਣ ਨਾਲ ਤੁਹਾਡਾ ਫਾਈਨੈਂਸਸ ਵੀ ਅਫੈਕਟ ਹੁੰਦੇ ਐ ਤੁਹਾਨੂੰ ਵੀ ਹੁੰਦਾ ਕਿ ਪੇਸ਼ੈਂਟ ਆਏ ਚਲੋ ਜਿੱਦਾਂ ਵੀ ਐ ਲੇਕਿਨ ਹੁਣ ਅਸੀਂ ਕਈ ਪੇਸ਼ੈਂਟਸ ਆਂਦੇ ਡਿਲੀਵਰੀਜ਼ ਆ ਉਹਨਾਂ ਦੀ ਆਪਣੀਆਂ ਸੈਲਰੀਜ਼ ਨਹੀਂ ਮਿਲੀਆਂ ਕੰਮਾਂ ਤੇ ਨਹੀਂ ਗਏ ਤਾਂ ਅਸੀਂ ਵੀ ਕਹਿ ਕਿ ਤੁਸੀਂ ਅਸੀਂ ਪੂਰੀ ਕੇਅਰ ਕਰਾਂਗੇ ਅਸੀਂ ਮਿਨਿਮਮ ਲਵਾਂਗੇ ਕਈਆਂ ਦੇ ਅਸੀਂ ਕੱਟ ਵੀ ਕੀਤੇ ਹੁਣ ਰਾਤੀ ਕੋਈ ਪੇਸ਼ੈਂਟ ਆ ਜਾਏ ਉਹਨਾਂ ਕੋਲ ਨਹੀਂ ਹੈ ਪੈਸੇ ਅਸੀਂ ਵੀ ਕਹਿੰਦੇ ਜਾਂ ਬਾਅਦ ਵਿੱਚ ਦੇ ਦਿਓ ਜਾਂ ਬੈਲੈਂਸ ਰੱਖ ਲਓ ਜੇ ਨਹੀਂ ਵੀ ਹੁਣ ਇੱਕ ਪੇਸ਼ੈਂਟ ਆਇਆ ਸੀ ਉਹਦੀ ਡੀਐਨਸੀ ਸੀ ਉਹ ਕਹਿ ਰਿਹਾ ਸੀ ਮੇਰੀ ਸੈਲਰੀ ਨਹੀਂ ਲਿਮਿਟ ਮੈਂ ਕਿਹਾ ਤੇਰਾ ਮੈਂ ਫ੍ਰੀ ਕਰ ਦੂੰਗੀ ਜਦੋਂ ਆਣਗੇ ਉਦੋਂ ਦੇ ਦੇ ਠੀਕ ਹੈ ਹੁਣ ਤੁਸੀਂ ਕੰਪਲੀਟਲੀ ਇਟਸ ਨਾਟ ਅ ਚੈਰੀਟੇਬਲ ਹੁਣ ਪ੍ਰਾਈਵੇਟ ਦੇ ਆਪਣੇ ਖਰਚੇ ਬਿਲਜ਼ ਇਲੈਕਟ੍ਰਿਸਿਟੀ ਬਿਲ ਸਟਾਫ ਦੀਆਂ ਸੈਲਰੀਜ਼ ਇੰਨੇ ਐਕਸਪੈਂਸਸ ਹੈ ਹੁਣ ਜਿੱਦਾਂ ਅੱਗੋ ਹਸਪੀਟਲ ਮੇਨਟੇਨੈਂਸ ਦੇ ਤੇ ਸਾਰੇ ਉਹ ਜਿਹਦਾ ਐਂਬੂਲੈਂਸ ਚਾਰਜਸ ਸਰਵਿਸੇਸ ਸਾਰੇ ਇੰਨੇ ਐਕਸਪੈਂਸਸ ਐ ਤਾਂ ਵੀ ਅਸੀਂ ਉਸ ਲੈਵਲ ਤੇ ਅਸੀਂ ਪਰਵਾਹ ਨਹੀਂ ਕੀਤੀ ਕਿ ਮਰウィਚ ਕਿੰਨਾ ਦੇ ਕੇ ਜਾ ਰਿਹਾ ਤੇ ਓਨ ਥਿਸ ਬਿਹੇਵ ਥੋੜਾ ਮੈਂ ਵੀ ਸਰਕਾਰ ਨੂੰ ਕਹਾਂਗੀ ਕਿ ਜਿਹੜੇ ਪ੍ਰਾਈਵੇਟ ਸੈਕਟਰ ਨੂੰ ਪਲੀਜ਼ ਥੋੜੀ ਹੈਲਪ ਆਊਟ ਕਰਨ ਅਸੀਂ ਤਾਂ ਲੱਗੇ ਹੁਣ ਅਸੀਂ ਰਿਸਕ ਤੇ ਵੀ ਆ ਕੰਮ ਵੀ ਕਰ ਰਹੇ ਆ ਪਰ ਵੀ ਆਰ ਨਾਟ ਗੈਟਿੰਗ 댓 ਮਚ ਕਿ ਅਸੀਂ ਬਾਕੀਆਂ ਨੂੰ ਉਹ ਤਾਂ ਚਲੋ ਸਾਡਾ ਸਟਾਫ ਸਾਨੂੰ ਕੋਆਪਰੇਟ ਕਰਦਾ ਹੈ ਕਿ ਚਲੋ ਜਿੰਨੀ ਸੈਲਰੀਜ਼ ਆ ਥੋੜਾ ਜਿੱਦਾਂ ਦੇ ਦੋ ਲੇਕਿਨ ਆਈ ਥਿੰਕ ਥੋੜਾ ਜੀ ਵੀ ਆਲਸੋ ਰਿਕਵੈਸਟ ਦ ਗਵਰਨਮੈਂਟ ਸੈਕਟਰ ਟੂ ਸਰਕਾਰ ਨੂੰ ਕਿ ਸਾਡੀ ਹੈਲਪ ਕਰੋ ਇਸ ਮਾਮਲੇ ਚ ਤੇ ਮੈਮ ਖਾਸ ਕੁਸ਼ਨ ਇਹ ਰਹੇਗਾ ਕਿ ਇਸ ਪੈਂਡੈਮਿਕ ਤੇ ਚੱਲਦੇ ਆ ਲੇਡੀਜ਼ ਨੂੰ ਕਿਸ ਤਰ੍ਹਾਂ ਦੀਆਂ ਪ੍ਰੀਕਾਸ਼ਨਸ ਵਰਤਣੀਆਂ ਚਾਹੀਦੀਆਂ ਨੇ ਦੇਖੋ ਲੇਡੀਜ਼ ਹੁਣ ਇੱਕ ਆ ਜਾਂਦੀਆਂ ਹਾਊਸਹੋਲਡ ਲੇਡੀਜ਼ ਇੱਕ ਆ ਜਾਂਦੇ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਜੀ ਆਂਦੇ ਉਹ ਜਿੱਦਾਂ ਵੀ ਜੋ ਸਰਕਾਰ 2 ਮਹੀਨੇ ਤੋਂ ਬੜਾ ਪ੍ਰੈਸ਼ਰਾਈਜ਼ ਕਰ ਰਹੀ ਹੈ ਸੋਸ਼ਲ ਡਿਸਟੈਂਸਿੰਗ ਮਾਸਕ ਜਦੋਂ ਨਿਕਲੋ ਜ਼ਰੂਰ ਪਾਣਾ ਕਿਉਂਕਿ ਆਲਮੋਸਟ ਤੁਹਾਡਾ 70 80% ਇਨਫੈਕਸ਼ਨ ਘੱਟ ਜਾਂਦੀ ਵੈਨ ਯੂ ਜਿੱਦਾਂ ਅਸੀਂ ਪਾਇਆ ਤੁਸੀਂ ਵੀ ਮਾਸਕ ਪਾਇਆ ਹੁਣ ਜੇ ਮੈਂ ਪਾਇਆ ਤੇ ਤੁਸੀਂ ਨਹੀਂ ਪਾਇਆ ਇਨਫੈਕਸ਼ਨ ਉਨੀ ਵੱਧਦੀ ਹੈ ਤੇ ਇਸ ਲਈ ਹਰ ਇੱਕ ਨੂੰ ਮਾਸਕ ਪਾਣਾ ਤਾਂ ਵੀ ਮੇਰੇ ਖਿਆਲ ਥੋੜੀ ਜਨਤਾ ਐਦਾਂ ਦੀ ਉਹ ਨਹੀਂ ਪਾ ਕੇ ਆਂਦੇ ਭੁੱਲ ਜਾਂਦੇ ਜਾਂ ਜਿੱਦਾਂ ਵੀ ਪਰ ਮਾਸਕ ਪਾ ਕੇ ਆਣਾ ਆਈ ਥਿੰਕ ਯੂ ਸ਼ੁਡ ਕਵਰ ਯਰ ਆਈਜ਼ ਤੇ ਬਾਕੀ ਹੈ ਕਿ ਤੁਸੀਂ ਸੋਸ਼ਲ ਡਿਸਟੈਂਸਿੰਗ ਰੱਖੋ ਹੱਥ ਸਾਫ ਵਾਸ਼ ਕਰਦੇ ਰਹੋ ਫ੍ਰੀਕਵੈਂਟਲੀ ਸੈਨੀਟਾਈਜ਼ਰ ਹੋਏ ਤੇ ਬਾਕੀ ਜਦੋਂ ਤੁਸੀਂ ਘਰ ਜਾਂਦੇ ਯੂ ਹੈਵ ਅ ਗੁੱਡ ਬਾਥ ਨਹਾ ਕੇ ਫਿਰ ਆਪਣੇ ਪਰਿਵਾਰ ਨਾਲ ਮਿਲੋਗੇ ਲੋਰ ਉਹਨਾਂ ਤੋਂ ਵੀ ਵੈਸੇ ਡਿਸਟੈਂਸ ਹੀ ਰੱਖਣਾ ਚਾਹੀਦਾ ਥੋੜਾ ਜਿਹੜੇ profession ਹਾਊਸਹੋਲਡ ਹੈ ਕਿ ਤੁਸੀਂ ਚਲੋ ਘਰ ਰਹੋ ਡੋਨਟ ਗੋ ਆਊਟ ਜਦਦਾ ਕੋਈ ਮਾਰਕੀਟ ਵੀ ਜਾਂ ਇੱਕ ਵਾਰੀ ਇੱਕੋ ਵਾਰੀ ਗ੍ਰੋਸਰੀਜ਼ ਲਿਆਓ ਬਹੁਤਾ ਵੀ ਸਟੋਰ ਨਾ ਕਰੋ ਕਿ ਇੱਕੋ ਵਾਰੀ ਤੁਸੀਂ ਭਰ ਕੇ ਲਿਆਉਂਦਾ ਬਾਕੀਆਂ ਨੇ ਵੀ ਲੈਣਾ ਹੁੰਦਾ ਤੇ ਥੋੜਾ ਬਹੁਤ ਆਪਣਾ ਰਾਸ਼ਨ ਉੱਦਾ-ਉੱਦਾ ਕਰੀ ਜਾਓ ਲੇਕਿਨ ਥੋੜਾ ਵਾਈਸਲੀ ਡੀਲ ਕਰੋ ਕਿਉਂਕਿ ਪੈਂਡੈਮਿਕ ਇਜ਼ ਲਿਟਰਲੀ ਸਾਰਿਆਂ ਦੀ ਫੈਮਿਲੀਜ਼ ਸਾਰਿਆਂ ਦੀ ਲਾਈਵਜ਼ ਨੂੰ ਅਫੈਕਟ ਕੀਤਾ ਹੈ ਨੇ ਤੇ ਮੈਮ ਆਖਰੀ ਕੁਐਸਚਨ ਮੇਰਾ ਇਹੀ ਰਹੇਗਾ ਤੁਹਾਡੇ ਨਾਲ ਕਿ ਬੀਇੰਗ ਅ ਮਦਰ ਕੀ ਚੈਲੰਜਸ ਫੇਸ ਕਰ ਰਹੇ ਹੋ ਕਿਉਂਕਿ ਜਿਹੜਾ ਇੱਕ ਬੱਚੇ ਨੂੰ ਪਿਆਰ ਮਿਲਣਾ ਚਾਹੀਦਾ ਆ ਭਾਵੇਂ ਛੋਟੀ ਉਮਰ ਦਾ ਹੋਵੇ ਐਡੋਲੈਸੈਂਸ ਏਜ ਦਾ ਹੋਵੇ ਜਿਹੜਾ ਵੀ ਹੁੰਦਾ ਉਹ ਮਦਰ ਦਾ ਪਿਆਰ ਕਦੇ ਵੀ ਘਟ ਨਹੀਂ ਹੁੰਦਾ ਤੇ ਕੀ ਚੈਲੰਜਸ ਫੇਸ ਕਰਨੇ ਪੈ ਰਹੇ ਤੁਹਾਨੂੰ ਬੀਇੰਗ ਅ ਮਦਰ ਬੀਇੰਗ ਅ ਡਾਕਟਰ ਐਂਡ ਜੇਕਰ ਅਸੀਂ ਆਮ ਬੰਦੇ ਦੀ ਹیثیت ਦੇ ਨਾਲ ਦੇਖੀਏ ਤੇ ਕੀ ਕੀ ਚੈਲੰਜਸ ਆਏ ਨੇ ਦੇਖੋ ਐਜ਼ ਅ ਮਦਰ ਹੁਣ ਜਿੱਦਾਂ ਅਸੀਂ ਘਰ ਜਾਈਦਾ ਸਨ ਹੁਣ ਜਿਹੜਾ ਕੋਰੋਨਾ ਵਾਇਰਸ ਹੈ ਨਾ ਇੱਕ ਹੁੰਦੀ ਹੈ ਬਿਮਾਰੀ ਕਿ ਕੱਲੀ ਤੁਹਾਨੂੰ ਹੀ ਹੈ ਤੁਸੀਂ ਉਹ ਤੁਸੀਂ ਐਜ਼ ਅ ਮਦਰ ਤੁਸੀਂ ਇਕੱਲੇ ਲੜ ਸਕਦੇ ਹੋ ਕਿ ਚਲੋ ਮੈਨੂੰ ਹੋ ਜਾਏ ਬਾਕੀਆਂ ਨਾ ਪਰ ਕੋਰੋਨਾ ਇਦਾਂ ਦੀ ਪ੍ਰੋਬਲਮ ਹੈ ਕਿ ਤੁਹਾਨੂੰ ਤਾਂ ਹੋਵੇ ਉਹ ਬਾਕੀਆਂ ਨੂੰ ਵੀ ਲੈ ਕੇ ਡੁੱਬਦਾ ਹੈ ਕਿ ਤੁਸੀਂ ਇਕੱਲੇ ਨਹੀਂ ਯੂ ਆਰ ਰਿਸਪੌਂਸਿਬਲ ਫਿਰ ਇੱਕ ਉਹ ਗਿਲਟ ਕਿ ਮੇਰੇ ਕਾਰਨ ਹੋ ਗਿਆ ਐਜ਼ ਅ ਮਦਰ ਕੇ ਬੱਚਿਆਂ ਨੂੰ ਮੇਰੇ ਕਾਰਨ ਐਦਾਂ ਹੋ ਗਿਆ ਉਹ ਵੀ ਬੜਾ ਔਖਾ ਕੰਮ ਹੈ ਤੇ ਇੱਕ ਡਿਸਟੈਂਸਿੰਗ ਰੱਖਣਾ ਬੱਚਿਆਂ ਦੀ ਕੇਅਰ ਕਰਨਾ ਚਲੋ ਮੇਰੇ ਬੱਚੇ ਤਾਂ ਵੱਡੇ ਹੈਗੇ ਆ ਤੇ ਦੇ ਕੈਨ ਟੇਕ ਕੇਅਰ ਪਰ ਜਿਨ੍ਹਾਂ ਦੇ ਹੁਣ ਮੇਰੇ ਇੱਕ ਸਨੋਲੋਜਿਸਟ ਆਂਦੇ ਡਾਕਟਰ ਗੋਰੀ ਉਹਨਾਂ ਦੀ ਬੇਟੀ ਛੋਟੀ ਹੈ ਉਹਨਾਂ ਦੇ ਹਸਬੈਂਡ ਆਈ ਸਪੈਸ਼ਲਿਸਟ ਹੈ ਉਹ ਜਾਂਦੇ ਆ ਫਿਰ ਪਿੱਛੋਂ ਉਹਦੀ ਡਾਟਰ ਕੱਲੀ ਹੁੰਦੀ ਹੈ ਹਸਬੈਂਡ ਆਂਦੇ ਫਿਰ ਉਹ ਇੱਥੇ ਸਕੈਨਿੰਗ ਲਈ ਕਰਨ ਆਂਦੇ ਤੋ ਤਾਂ ਕਿ ਉਹਦੀ ਕੇਅਰ ਕਰਨ ਉਹ ਨਹਾ ਕੇ ਫਿਰ ਬੱਚੇ ਨੂੰ ਦੇਖਦੇ ਆ देन ਸ਼ੀ ਕਮਸ ਹੇਅਰ ਫॉर ਸਕੈਨਿੰਗ ਵਨਰ ਉਹਨਾਂ ਨੇ ਵੀ ਆਪਣਾ ਨਹੀਂ ਛੱਡਿਆ ਕਿ ਚਲੋ ਇੱਕ ਸਕੈ ਅਲਟਰਾਸਾਉਂਡ ਕਰਨਾ ਜਾਂ ਇੱਕ ਪ੍ਰੈਗਨੈਂਟ ਲੇਡੀਜ਼ ਦਾ ਬੜਾ ਇੰਪੋਰਟੈਂਟ ਹੁੰਦਾ ਹ ਹੁਣ ਜਦੋਂ ਇੱਕ ਪੇਸ਼ੈਂਟ ਆਈ ਉਹਦੇ ਚੈੱਕਅਪ ਨੇਚਰਲੀ ਨਹੀਂ ਹੋ ਰਿਹਾ ਉਹਦੇ ਟਿਊਬ ਚ ਬੱਚਾ ਠਹਿਰ ਗਿਆ ਸੀ ਉਹ ਫਟ ਗਿਆ ਫਿਰ ਉਹ ਸਪੈਸ਼ਲ ਸਕੈਨਿੰਗ ਲਈ ਵਾਲਾ ਅਸੀਂ ਵੀ ਉਹਦਾ ਆਪਰੇਟ ਕੀਤਾ ਸੋ ਤੁਹਾਡੀ ਇੰਨੀ ਚੈਲੰਜ ਫਿਰ ਤੁਹਾਨੂੰ ਲੱਗਦਾ ਸਰਜਰੀ ਤੋਂ ਬਾਅਦ ਤੁਸੀਂ ਘਰ ਜਾਓ ਫਿਰ ਬੱਚੇ ਨਾ ਫੈਕਟ ਹੋ ਜਾਣ ਉਹ ਬੜਾ ਸਟ੍ਰੈਸਫੁਲ ਹੁੰਦਾ ਭਾਵੇਂ ਮੇਨਟੇਨ ਵੀ ਰੱਖੋ ਜਾ ਨਾ ਤਾਂ ਉੱਥੇ ਹੀ ਹੈ ਨਾ ਤੁਸੀਂ ਡਿਸਟੈਂਸਿੰਗ ਵੀ ਕਰ ਲੋ ਪਰ ਇੰਨਾ ਸੇਫਟਲੀ ਨਹੀਂ ਰੱਖਿਆ ਜਾਂਦਾ ਫਿਰ ਉਹਨਾਂ ਦੇ ਐਗਜ਼ਾਮਸ ਐ ਬੱਚਿਆਂ ਦੇ ਤੁਹਾਨੂੰ ਲੱਗਦਾ ਕਿ ਤੁਹਾਡੇ ਕਾਰਨ ਜੇ ਉਹ ਬਿਮਾਰ ਹੋ ਗਏ ਤਾਂ ਐਗਜ਼ਾਮ ਸਟੱਡੀ ਨਾ ਫੈਕਟ ਕਰੇ ਤੇ ਉਹ ਬੜਾ ਬਰਡਨ ਹੁੰਦਾ ਬੋਝ ਰਹਿੰਦਾ ਸਾਰਾ ਦਿਨ ਖਾਣਾ ਖਾਣ ਵੇਲੇ ਵੀ ਤੁਸੀਂ ਥੋੜਾ ਦੂਰ ਦੂਰ ਬੈਠ ਕੇ ਖਾਣਾ ਖਾਂਦੇ ਹੋ ਕੋਈ ਗੱਲ ਵੀ ਕਹਿੰਨੇ ਅਸੀਂ ਕਹਿੰਨੇ ਤੁਸੀਂ ਸਾਡੇ ਕਮਰੇ ਤੇ ਨਾ ਆਓ ਆਪਾਂ ਉਧਰ ਇੱਕ ਜਗ੍ਹਾ ਬੈਠ ਕੇ ਗੱਲ ਕਰ ਲਾਂਗੇ ਇੰਨੇ ਸਟ੍ਰੈਸਫੁਲ ਲੈਣਾ ਨਾ ਬੜਾ ਔਖਾ ਹੋ ਗਿਆ ਤੇ ਜਿਹੜੇ ਘਰ ਬੈਠੇ ਆ ਉਹਨਾਂ ਲੱਕੀ ਚਲੋ ਹੈ ਤੇ ਜਿੱਦਾਂ ਵੀ ਕੰਮ ਹੈ ਬਟ ਦੇ ਲੱਕੀਅਰ ਦੈਨ ਅਸਕੇ ਉਹ ਆਮਨਾਂ ਘਰ ਆਪਣੀ ਫੈਮਿਲੀ ਦੀ ਕੇਅਰ ਕਰ ਸਕਦੇ ਸਾਡੇ ਵਰਗੇ ਜਿੱਦਾਂ ਫਰੰਟ ਲਾਈਨ ਵਾਰੀਅਰਸ ਆ ਸਿਵਲ ਸਿਵਲ ਹਸਪੀਟਲ ਵਾਲੇ ਹੁਣ ਜਿੱਦਾਂ ਪੰਜਾਬ ਪੁਲਿਸ ਹੈ ਉਹਨਾਂ ਦਾ ਵੀ ਬੜਾ ਰੋਲ ਰਿਹਾ ਸਾਰਿਆਂ ਦਾ ਇਸ ਚੀਜ਼ ਨੂੰ ਕਰਬ ਕਰਨ ਲਈ ਐਂਡ ਰੀਅਲੀ ਹੈਟਸ ਆਫ ਟੂ 올 ਦਾ ਡਾਕਟਰਸ ਐਂਡ ਦਾ ਪੁਲਿਸ ਪਰਸਨਲਸ ਇੱਕ ਮੈਂ ਨਾ ਬੜੀ ਰਿਕੁਐਸਟ ਕਰਾਂਗੀ ਜਿੱਦਾਂ ਚਲੋ ਅਸੀਂ ਤਾਂ ਆਪਣੇ ਵੱਲੋਂ ਜਿੱਦਾਂ ਪੇਸ਼ੈਂਟ ਆਂਦਾ ਹੈ ਫਾਈਨੈਂਸਸ ਨੂੰ ਵੀ ਦੇਖਦੇ ਹਾਂ ਉਹਨਾਂ ਦੇ ਚਲੋ ਕੱਟ ਦੇ ਜਾਓ ਠਹਿਰ ਕੇ ਦੇ ਦੇਣਾ ਨਹੀਂ ਹੈ ਤਾਂ ਇਟ ਡਸਨਟ ਮੈਟਰ ਪਰ ਜਿਹੜੀ ਡਾਕਟਰਜ਼ ਅਗੇਨ ਵਾਇਲੈਂਸ ਹੈ ਨਾ ਇਹ ਬਹੁਤ ਡਿਸਟਰਬਿੰਗ ਹੈ ਸਾਨੂੰ ਪੈਸਾ ਕੱਟ ਦੇ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੀ ਵਾਇਲੈਂਸ ਹੈ ਉਹਨ ਕਈਆਂ ਨੂੰ ਡਾਕਟਰਜ਼ ਨੂੰ ਕਰੀਮੇਟ ਨਹੀਂ ਕਰਨ ਦੇ ਰਹੇ ਹੁਣ ਡਾਕਟਰਜ਼ ਜਿੱਦਾਂ ਹੁੰnik ਆਇਆ ਕਿ ਡਾਕਟਰ ਜਿਹੜੇ ਹੈਗੇ ਆ ਉਹਨੂੰ ਕਰੋਨਾ ਹੋ ਗਿਆ ਫਿਰ ਉਹ ਕਹਿੰਦੇ ਕਿ ਇਹਨੇ ਆਪਣਾ ਕੇਅਰ ਨਹੀਂ ਕਰਿਆ ਹੁਣ ਦੇਖੋ ਡਾਕਟਰ ਕਿਦਾਂ ਪ੍ਰੀਵੈਂਟ ਕਰ ਸਕਦਾ ਹੁਣ ਜਿਹੜੇ ਲਾਸਟ ਦੋ ਡਾਕਟਰਸ ਦੀ ਡੈਥ ਹੋਈ ਉਹਨਾਂ ਨੇ ਪੀਪੀ ਕਿਟ ਪਾਇਆ ਤਾਂ ਵੀ ਕਰੋਨਾ ਹੋ ਗਿਆ ਤੇ ਉਹਨਾਂ ਦੀ ਆਪਣੀ ਹੈਲਥ ਇਸ਼ੂਜ਼ ਉੱਤੋਂ ਵਾਇਲੈਂਸ ਆਈ ਥਿੰਕ ਉਹ ਬਹੁਤ ਤੁਹਾਨੂੰ ਦਿਲ ਦੁਖਦਾ ਜਦੋਂ ਦੇਖੋ ਕਿ ਡਾਕਟਰਸ ਅਗੇਂਸ ਜਿਹੜੀ ਵਾਇਲੈਂਸ ਚੱਲ ਰਹੀ ਉਹ ਬਹੁਤ ਟਰੋਮਾ ਦੇ ਆਰ ਕਨਸਟੈਂਟਲੀ ਲਿਵਿੰਗ ਅੰਡਰ ਥ੍ਰੈਟ ਕਿ ਉਹਨਾਂ ਨੂੰ ਹੋ ਜਾਏ ਫੈਮਿਲੀ ਨਾ ਹੋ ਜਾਏ ਕੋਈ ਉਹਨਾਂ ਦੇ ਪੇਰੈਂਟਸ ਨੂੰ ਨਾ ਹੋ ਜਾਏ ਅਲਟੀਮੇਟਲੀ ਜੇ ਉਹ ਉਹਨਾਂ ਨੂੰ ਕੁਝ ਹੋਇਆ ਕੋਈ ਮੋਰਟੈਲਿਟੀ ਹੋ ਗਈ ਕੋਈ ਖੁਦਾਨਾ ਖਾਸਤਾ ਕੋਈ ਕਾਰ ਵਿੱਚ ਕੋਈ ਪ੍ਰੋਬਲਮ ਹੋ ਗਈ ਤਾਂ ਉਹ ਆਪ ਤਾਂ ਸਾਰੀ ਉਮਰ ਬੋਝ ਤੇ ਰਹਿਣਗੇ ਲੇਕਿਨ ਆਈ ਥਿੰਕ ਥੋੜਾ ਜਿਹਾ ਬਹੁਤ ਇੰਪੋਰਟੈਂਟ ਹੈ ਕਿ ਡਾਕਟਰਸ ਦੀ ਜਿੱਦਾਂ ਰਿਸਪੈਕਟ ਹੈ ਤੇ ਜਾਂ ਉਹਨਾਂ ਦੇ ਅਗੇਂਸਟ ਵਾਇਲੈਂਸ ਹੈ ਪਲੀਜ਼ ਉਹਨੂੰ ਕਨਸੀਡਰ ਕੀਤਾ ਜਾਏ ਅਸੀਂ ਵੀ ਬੜੇ ਇਟਸ ਅ ਸਟ੍ਰੈਸਫੁਲ ਐਟਮੋਸਫੇਅਰ ਫਾਰ ਅਸ ਆਲਸੋ ਸੋ ਤੁਸੀਂ ਦੇਖਿਆ ਕਿ ਬੀਇੰਗ ਅ ਡਾਕਟਰ ਬੀਇੰਗ ਅ ਗਾਇਲੋਕਾਲੋਜਿਸਟ ਇੱਕ ਮਾਂ ਨੂੰ ਵੀ ਇੱਕ ਬਹੁਤ ਹੀ ਵੱਡੇ ਤਰੀਕੇ ਦੇ ਨਾਲ ਇਫੈਕਟ ਕੀਤਾ ਹੈ ਇਸ ਪੈਂਡੈਮਿਕ ਨੇ ਇਸ ਕੋਰੋਨਾ ਵਾਇਰਸ ਨੇ ਤੇ ਨਾਲੋਂ ਨਾਲ ਡਾਕਟਰ ਗੁਰਪ੍ਰੀਤ ਕੌਰ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਫਰੰਟ ਲਾਈਨ ਵਾਰੀਅਰਸ ਨੇ ਉਹਨਾਂ ਦੇ ਖਿਲਾਫ ਡਾਕਟਰਸ ਦੇ ਖਿਲਾਫ ਜਾਂ ਪੁਲਿਸ ਕਰਮੀਆਂ ਦੇ ਖਿਲਾਫ ਜਿਹੜਾ ਵਾਇਲੈਂਸ ਦੇਖਣ ਨੂੰ ਮਿਲਿਆ ਪੂਰੇ ਦੇਸ਼ ਦੇ ਵਿੱਚ ਕਿਤੇ ਕਿਤੇ ਹਰ ਬੰਦੇ ਨੇ ਨਹੀਂ ਕੀਤੀ ਪਰ ਉਹ ਕਾਫੀ ਨਿੰਦਨਾਇਕ ਹੈ ਉਸ ਨੂੰ ਨਿੰਦਣਾ ਚਾਹੀਦਾ ਹੈ ਤੇ ਉਸ ਨੂੰ ਚੈੱਕ ਵੀ ਕਰਨਾ ਚਾਹੀਦਾ ਹੈ ਇੱਕ ਮਾਂ ਦਾ ਪਿਆਰ ਤੇ ਕਟਿਆਈ ਹੈ ਪਰ ਨਾਲੋਂ ਨਾਲ ਜਿਹੜੀ ਉਸ ਮਾਂ ਦੇ ਪਿਆਰ ਦੇ ਵਿੱਚ ਇੱਕ ਬੈਰੀਅਰ ਆ ਗਿਆ ਹੈ ਕਿ ਬੱਚਿਆਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਅਟੈਂਡ ਨਹੀਂ ਕਰ ਸਕਦੇ ਇੱਕ ਗਿਲਟ ਆ ਸਕਦਾ ਹੈ ਕਿ ਹਾਂ ਮੇਰੇ ਕਾਰਨ ਕਿਤੇ ਨਾ ਹੋ ਜਾਏ ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਰਾਜਦੀਪ ਛੱਟਾ ਜਲੰਧਰ ਤੋਂ